ਹਾਂਜੀ ਦੋਸਤੋ, ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਨਹਾ ਧੋ ਕੇ ਹੋਏ ਸੀ, ਰੈਡੀ ਫਰੈਸ਼ ਹੋ ਗਏ ਸੀ, ਹੈ ਨਾ। ਅਤੇ ਉੱਧਰ ਹੀ ਕੰਮ ਚੱਲੀ ਜਾਂਦਾ ਆਪਣੇ ਸੈਟਅਪ 'ਤੇ। ਅਤੇ ਇੱਥੋਂ ਜੇ ਮੈਂ ਵੇਖਾਂ ਜ਼ੂਮ ਹੋ ਗਿਆ ਤਾਂ ਮੈਂ ਤੁਹਾਨੂੰ ਦਿਖਾਊਂਗਾ ਉਹ ਡਲੇ 'ਤੇ। ਇੱਥੇ ਇੱਥੇ ਮੇਰੀ ਉਂਗਲਾ ਕਾਲਾ ਕੁਛ ਪਿਆ ਨਾ, ਉਹ ਆਪਣਾ 56-20 ਆ, ਠੀਕ ਹੈ ਨਾ, 56-20 ਆ। ਅਤੇ ਕੱਲ੍ਹ ਉਹਦੇ ਪਾਰਟ ਪ੍ਰਿੰਟ ਕਰ ਲਏ ਸੀਗੇ। ਆਹ ਵੇਖੋ, ਇੱਕ ਵਾਰ ਤਾਂ ਬੰਪਰ ਬਾਹਲਾ ਵੱਡਾ ਬਣਾ ਲਿਆ ਸੀਗਾ। ਓਹੋ, ਫੋਕਸ ਕਰ ਲਾ, ਇੱਕ ਵਾਰੀ ਬਣਾ ਲਏ ਸੀ, ਬਾਹਲਾ ਵੱਡਾ ਬਣ ਗਿਆ। ਫਿਰ ਇਹਨੂੰ ਸਿੱਟ ਤਾਂ, ਥੱਲੇ ਕੂੜਾ ਕੜਾ ਰੱਜ ਨਾਲ ਲਿਆ ਕੇ ਡਸਟਬਿਨ 'ਤੇ ਅਸੀਂ ਸਾਫ਼ ਸਫਾਈ ਕਰ ਦਿਆ। ਅਤੇ ਇਹ ਫਰੰਟ ਐਕਸਲ ਵੀ ਸਾਰਾ ਕੁਛ ਤਿਆਰ ਕਰ ਲਿਆ ਸੀਗਾ। ਅਤੇ ਆਹ ਹੁਣ ਮੈਂ ਇੱਕ ਪ੍ਰੀਤ ਦਾ ਫਰੰਟ ਐਕਸਲ ਲਾਇਆ, ਜਿਹੜਾ ਆਪਾਂ ਹੋਰ ਬਣਾ ਕੇ ਦੇਣਾ ਕਿਸੇ ਨੂੰ ਨਾ। ਪ੍ਰੀਤ ਦਾ ਫਰੰਟ ਐਕਸਲ ਲਾ ਕੇ ਅਤੇ ਉਹਦਾ ਸਾਰਾ ਕੁਛ ਕਰ ਲਿਆ ਸੀ ਰਾਤ ਮੈਂ। ਪ੍ਰਿੰਟ, ਯੂ ਪਾਈਪ, ਬੰਪਰ ਅਤੇ ਫਰੰਟ ਐਕਸਲ ਅਤੇ ਸੈਂਟਰ ਪਿੰਨ, ਇਹ ਤਿੰਨ ਚੀਜ਼ਾਂ ਕਰ ਲਈਆਂ ਸੀਗੀਆਂ। ਬਸ ਨੂੰ ਮੈਂ ਦਿਖਾਉਣਾ ਇੱਥੇ ਹੋਊਗਾ। ਹੁਣ ਉਹਦੇ ਆਉਣਾ ਨਹੀਂ ਕਿਉਂਕਿ ਚੱਲ ਪੈਣਾ ਤਾਂ ਕਰਕੇ। ਚਲੋ ਕੋਈ ਨਾ, ਉਸ ਨੂੰ ਕੰਪਿਊਟਰ ਚਲਾ ਕੇ ਦਿਖਾ ਦਾਂਗੇ। ਕੰਪਿਊਟਰ ਬੰਦ ਪਿਆ ਕਿਉਂਕਿ ਯਾਰ, ਹੈ ਨਾ, ਕੰਮ ਤਾਂ ਹੈ ਨਹੀਂ ਕੋਈ। ਅਤੇ ਆਵਾਜ਼ ਚੱਲਣ ਵਾਲੀ ਹੈ ਕੋਈ 1-2 ਮਿੰਟਾਂ ਤੱਕ, ਹੋਰ ਨੋਜ਼ਲ ਹੋਣ ਵਾਲੀ ਗਰਮ। ਅਤੇ ਬੈੱਡ ਤਾਂ ਗਰਮ ਹੋ ਗਿਆ, ਹੋ ਗਿਆ ਗਰਮ। ਅਤੇ ਸੱਚ, ਆਪਾਂ ਵੀ ਲਿਆਂਦਾ ਸੀਗਾ ਫਿਲਾਮੈਂਟ, ਅਤੇ ਇੱਕ ਆਹ ਪਿਆ ਅਤੇ ਇੱਕ ਆਹ ਪਿਆ। ਇਹ ਵਾਈਟ ਸੀਗਾ, ਉਹ ਇਹ ਸੋਰੀ ਬਲੈਕ ਸੀਗਾ, ਅਤੇ ਇਹ ਵਾਈਟ ਆ, ਅਤੇ ਇਹ ਫਿਰ ਬਲੈਕ ਆ ਥੋੜ੍ਹਾ, ਹੈ ਨਾ। 3 ਮੰਗਵਾਏ ਸੀ ਆਪਾਂ ਟੋਟਲ, ਅਤੇ ਇੱਕ ਬਲੈਕ, 2 ਬਲੈਕ, 1 ਵਾਈਟ, ਠੀਕ ਆ। ਅਤੇ ਇਹ ਦੁਬਾਰਾ ਟਾਇਰ ਟੂਰ ਪ੍ਰਿੰਟ ਕਰਾਂਗੇ ਕਿਹੜਾ। ਮੈਂ ਕਿਹਾ ਚਲੋ ਹੁਣ ਵਿਹਲੇ ਹੀ ਖੜ੍ਹਾ ਪ੍ਰਿੰਟਰ, ਹੈ ਨਾ, ਅਤੇ ਇੱਕ ਵਾਰੀ ਉਹਦੀਆਂ ਫਰੰਟ ਐਕਸਲ ਬਣਾ ਲਈਏ, ਅਤੇ ਉੱਧਰ ਜਾ ਕੇ ਤੁਹਾਨੂੰ ਮੈਂ ਵਿਖਾਉਣਾ ਉਹਦੇ ਕੀ ਕੋਈ ਕੰਮ ਹੋ ਗਿਆ। ਪਹਿਲਾਂ ਪਾ ਲਾ ਦੇ ਜਿਹੜੇ, ਹੈ ਨਾ, ਚੁੱਕੋ ਜੀ। ਇਹ ਹੁਣ ਕਰੂਗਾ ਉਹਦਾ ਪ੍ਰਿੰਟ। ਸਫਾ ਸਫਾਈ ਕਰਨ ਵਾਲੀ ਯਾਰ ਬਹੁਤ ਇਹਦੇ ਨਾਲ ਇੱਥੇ, ਕਿਉਂਕਿ ਖਰਾਬ ਹੋ ਜੂ ਛੇਤੀ ਤਾਂ ਕਰਕੇ। ਪਰਮਾਤਮਾ, ਇਹ ਕੱਢ ਕੇ ਬਾਹਰ, ਹੈ ਨਾ, ਸਾਫ਼ ਸਫਾਈ ਵੀ ਜ਼ਰੂਰੀ ਆ। ਇਹ ਲੱਗ ਗਿਆ ਉਹਦਾ ਸੈਂਟਰ ਪਿੰਨ, ਉਹ ਦੂਜੀ ਫਰੰਟ ਐਕਸਲ ਬਣਾਉਣਾ, ਉਹ ਤੋਂ ਬਾਅਦ ਕਰ ਦਾਂਗੇ ਆਪਾਂ ਸੈਂਟਰ ਪਿੰਨ ਵੀ, ਠੀਕ ਹੈ ਨਾ। ਅਤੇ ਉੱਧਰ ਜਾ ਕੇ ਤੁਹਾਨੂੰ ਦਿਖਾਉਣਾ ਕੰਪਿਊਟਰ ਫਿਰ ਚਲਾਵਾਂਗੇ ਆਪਾਂ ਜਦੋਂ ਟਾਇਰ ਟੂਰ ਦਾ ਡਿਜ਼ਾਇਨ ਕਰਨਾ ਹੋਇਆ। ਪਹਿਲਾਂ ਆਪਾਂ ਆਹ ਚਲਾਤਾ, ਹੁਣ ਉਹਨਾਂ ਨੂੰ ਵੇਖਣ ਦੀ ਲੋੜ ਨਹੀਂ ਉਹਨਾਂ ਚਿਰ, ਅਤੇ ਆਪਾਂ ਉੱਧਰ ਚੱਲਦੇ ਹਾਂ, ਉੱਧਰ ਕੰਮ ਕਰਦੇ ਹਾਂ, ਅਤੇ ਇਹ ਆਪੇ ਬਣ ਜੂਗਾ ਉਹਨਾਂ, ਹੈ ਨਾ, ਅਤੇ ਆ ਕੇ ਦੇਖ ਲੈਣਾ। ਇਹਨੂੰ ਟਾਈਮ ਘੰਟਾ ਲੱਗੂਗਾ ਇਹਨੂੰ ਪ੍ਰਿੰਟ, ਇਹ ਹਜੇ ਲੈਣ 'ਚ ਇਸ ਕਰ ਜਾ ਵੜੂਗੀ, ਘੰਟਾ ਲੱਗੂਗਾ, ਅਤੇ ਆਪਾਂ ਉੱਧਰ ਚੱਲਦੇ ਹਾਂ ਉਹਨਾਂ ਚਿਰ। ਲਓ ਬਈ ਮੁੰਡਿਓ, ਆ ਗਿਆ ਆਪਾਂ ਇੱਧਰਲੇ ਸੈਟਅਪ 'ਤੇ, ਅਤੇ ਕੰਮ ਚੱਲਿਆ ਚੰਗੀ ਪੱਧਰ 'ਤੇ ਪੂਰਾ 56-20 'ਤੇ। ਜਾਂ ਗੇਅਰ ਬੋਕਸ ਆਪਾਂ ਕਵਰ ਕਰਤਾ, ਠੀਕ ਹੈ ਨਾ, ਕਿ ਸੋਹਣਾ ਲੱਗੂਗਾ। ਰਿਕਵਰ ਤੋਂ ਬਿਨਾਂ ਭੜਾ ਲੱਗਦਾ, ਇਹ ਗਲਾਰੀਆਂ ਹੀ ਆ, ਅਤੇ ਇਹਦਾ ਕੁਛ ਨਹੀਂ ਪਤਾ ਲੱਗਣਾ। ਬੰਪਰ ਲਾਦਾ ਮੂਹਰੇ ਆਪਾਂ 3D ਪ੍ਰਿੰਟਡ, ਰਾਤ ਕਰ ਲਿਆ ਸੀ 3D ਪ੍ਰਿੰਟ। ਅਤੇ ਇੱਧਰ ਯੂ ਪਾਈਪ ਪਈ ਆ, ਇਹ ਵੀ ਪ੍ਰਿੰਟ ਕੀਤੀ ਸਾਨੂੰ ਵਿਖਾਈ ਸੀ ਜਿਵੇਂ, ਹੈ ਨਾ। ਅਤੇ ਆਹ ਪਹਿਲਾਂ ਫਰੰਟ ਐਕਸਲ ਕਟਾਈ ਵਾਲਾ, ਇਹ ਕਰਕੇ ਸਾਨੂੰ ਵਿਖਾਉਣਾ ਸਰਵੋ, ਜਿਵੇਂ ਸਰਵੋ ਲਾਈਏ ਅਤੇ ਆਪ ਹੀ ਸਰਵੋ, ਠੀਕ ਹੈ। ਇਹ ਤੁਹਾਨੂੰ ਦੱਸਾਂਗਾ ਸੈਂਟਰ ਪਿੰਨ ਸਾਰਾ ਕੁਛ, ਸੈਂਟਰ ਪਿੰਨ ਵੀ 3D ਪ੍ਰਿੰਟ ਕੀਤੀ ਆ, ਅਤੇ ਬੰਪਰ ਲਾਤਾ ਮੂਹਰੇ, ਬੰਪਰ ਠੀਕ ਆ, ਕਲਰ ਕਰਾਂਗੇ ਇਹਨੂੰ ਬਲੈਕ ਇੱਕ ਵਾਰੀ, ਹੈ ਨਾ, ਸਫਾਈ ਆ ਜਾਂਦੀ ਯਾਰ ਉਸ ਉਹਦੇ ਨਾਲ। ਅਤੇ ਬਾਕੀ ਸਾਰਾ ਕੁਛ ਕਰੀ ਜਾਂਦਾ ਚੰਗੀ ਪੱਧਰ 'ਤੇ। ਇੱਕ ਆਪਾਂ ਯੂ ਪਾਈਪ ਲਾਉਣੀ ਆ, ਅਤੇ ਹੋਰ ਇਹਦਾ ਰਹਿ ਗਿਆ ਫਰੰਟ ਐਕਸਲ ਵੀ ਹੋ ਗਿਆ, ਮਿਊਜ਼ਿਕ ਸਿਸਟਮ ਰਹਿ ਗਿਆ ਉਹ ਪ੍ਰਿੰਟ ਹੋਈ ਜਾਂਦਾ। ਯਾਰ ਮੈਨੂੰ ਵੱਡੀ ਛੋਟੀ ਲੱਗਦੀ, ਕਿਸੇ ਨੂੰ ਵੀ ਲੱਗਦੀ ਆ, ਆਹ ਪਾਸਾ ਵੱਡਾ ਲੱਗਦਾ ਮੈਨੂੰ। ਥੋੜ੍ਹਾ ਜਿਹਾ ਮਾੜਾ ਮਾੜਾ ਫਰਕ ਹੋਊਗਾ ਇਹਨਾਂ ਤਾਂ। ਅਤੇ ਆਹ ਵੀ ਹੋ ਗਿਆ, ਅਤੇ ਉਸ ਤੋਂ ਬਾਅਦ ਪਾਉਣੇ ਆਪਾਂ ਇਹਦੇ ਮਿਊਜ਼ਿਕ ਸਿਸਟਮ ਪ੍ਰਿੰਟ ਹੋ ਜਾਂਦਾ, ਮੁੜ ਕੇ ਛਤਰੀ, ਮੇਨ ਛਤਰੀ ਦੇ ਗੱਲ ਅੜ ਜੂਗੀ, ਉਹ ਵੇਖਣੇ ਕੀ ਬਣਦਾ, ਹੈ ਨਾ। ਬਾਕੀ ਸਾਰਾ ਕੁਛ ਆਪਾਂ ਕਰਤਾ ਦਾ ਕੰਪਲੀਟ, ਅਤੇ ਅੱਜ ਮੇ ਬੀ ਆ, ਅੱਜ ਰਾਤ ਤੱਕ ਕਰਦਾ ਇਹਨੂੰ ਕੰਪਲੀਟ ਮੈਂ,
ਕਿਉਂਕਿ ਯਾਰ ਖਿੱਚੀ ਬੈਠਾ ਕੰਮ, ਮੈਂ ਕਿਹਾ ਚੱਕ ਕਰਕੇ ਤਾਂ ਨਿਬੇੜੀ ਹੈਗਾ ਮੈਂ ਕਰੀ, ਐਵੇਂ ਬਾਹਲਾ ਚਿਰ ਨਹੀਂ ਆਪਾਂ ਲਮਕਾਉਂਦੇ ਜਿਹੜੀ ਚੀਜ਼ ਨੂੰ ਕੰਮ ਪੂਰਾ ਐਂਡ ਹੋ ਜਾਂਦਾ। ਇੱਕ ਮੈਂ ਹੁਣ ਇਹਦੇ ਯੂ ਪਾਈਪ ਕੱਸ ਕੇ ਵੇਹਣਾ ਕਿੱਥੇ ਕੀ ਲੋਟ ਆਉਂਦੀ ਹਿਸਾਬ ਕਿਤਾਬ ਨਾਲ, ਹੈ ਨਾ। ਯੂ ਪਾਈਪ ਕੱਸਦੇ ਪਹਿਲਾਂ, ਫਿਰ ਵੇਹਣੇ ਦਾ ਕੀ ਮਾਹੌਲ ਚੱਲ ਪਾਉਂਦਾ ਮਰਗਾੜਾਂ 'ਚ ਵੇਹਣਿਆ। ਮਰਗਾੜਾਂ 'ਚ ਯਾਰ ਜੀ ਤਾਂ ਕਰਦਾ ਨਹੀਂ ਮੇਰਾ ਕਸਣ ਨੂੰ, ਵੈਸੇ ਤੁਹਾਨੂੰ ਸਹੀ ਦੱਸਾਂ, ਕਿਉਂਕਿ ਮਰਗਾੜ ਖਰਾਬ ਹੋ ਜਾਂਦੇ ਆ। ਭਾਵੇਂ ਆਪਾਂ ਨਹੀਂ ਰੱਖਣਾ ਉਹਦੇ ਕੋਲ, ਹੈ ਨਾ, ਜਿਹਨੂੰ ਦੇਣਾ ਆਪਾਂ, ਫਿਰ ਵੀ ਮਰਗਾੜ ਖਰਾਬ ਹੋ ਜਾਣਗੇ। ਅਤੇ ਚਲੋ ਵੇਹਣੇ ਆ, ਵੈਸੇ ਮਰਗਾੜਾਂ ਸਹੀ ਵੀਰੋ, ਕਿਉਂਕਿ ਜਦੋਂ ਮਰਗਾੜ ਫਿਕਸ ਹੋ ਗਏ ਉਦੋਂ ਉਹ ਹੀ ਫਿਕਸ ਹੋ ਜਾਣਾ, ਫਿਰ ਇਹ ਥੱਲੇ ਨਹੀਂ ਤਾਂ ਮੋਰੇ ਕੱਢਣੇ ਪੈਣੇ। ਚਲੋ ਵੇਹਣੇ ਆ, ਮਰਗਾੜਾਂ 'ਚ ਹੀ ਕਰਾਂਗੇ ਯਾਰ, ਮਰਗਾੜ ਸਹੀ ਰਹਿਣਗੇ, ਮਰਗਾੜਾਂ 'ਚ ਹੀ ਵੇਹਣੇ ਆ, ਮਰਗਾੜ ਹੀ ਕਰਾਂਗੇ। ਮਰਗਾੜ 'ਚ ਹੀ ਕਰਦੇ ਹਾਂ, ਮਰਗਾੜ ਚੱਕ ਗਏ, ਮਰਗਾੜ ਚੱਕ ਗਏ, ਮਰਗਾੜ ਚੱਕ ਕੇ ਸੱਲ ਕੱਢ ਲਾਂਗੇ, ਕੋਈ ਖਾਸ ਗੱਲ ਨਹੀਂ ਜੀ, ਹੈ ਨਾ। ਮਰਗਾੜ 'ਚ ਕਰਦੇ ਹਾਂ ਆਪਾਂ ਫਿਕਸ, ਟੂਲ ਬੋਕਸ ਆਪਾਂ ਨੂੰ ਲਾਉਣਾ ਪਊਗਾ ਹੋਰ ਪਾਸੇ, ਉਹ ਵੀ ਯੂ ਪਾਈ ਵਿੱਚ ਆਊਗੀ। ਇਹ ਮੈਂ ਲਾਉਣਾ ਅਤੇ ਫਿਰ ਮਿਲਦੇ ਤੁਹਾਡੇ ਨਾਲ। ਲਓ ਬਈ ਮੁੰਡਿਓ, ਅੱਜ ਹੈਗਾ ਅਗਲਾ ਦਿਨ, ਅਤੇ ਅੱਜ ਪੰਜਾਬੀ ਆਪਣਾ ਕੱਲ੍ਹ ਰੈਡੀ ਕਰਤਾ ਸੀਗਾ, ਦੇਖੋ ਮਿਊਜ਼ਿਕ ਸਿਸਟਮ ਇਹਦਾ, ਅਤੇ ਬੰਪਰ ਸਟੇਅਰਿੰਗ ਸਟੂਰਿੰਗ ਫਿੱਟ ਕਰਦੇ, ਬਸ ਇਕੱਲਾ ਇੱਕ ਦੋ ਥਾਂ 'ਤੇ ਕਲਰ ਮਾਰਨਾ ਅਤੇ ਇੱਕ ਇਹਦੇ ਟਾਇਰ ਲਾਉਣਾ, ਸੱਚਾ ਟਾਇਰ ਲਾਈ ਜਾਂਦੇ, ਮਤਲਬ ਕਿ ਬਾਕੀ ਸਾਰਾ ਕੋਈ ਕੰਪਲੀਟ ਕਰਤਾ, ਅਤੇ ਯਾਰ ਛੱਤਰੀ ਨਹੀਂ ਲਵੇਂਦੇ ਲਾਉਂਦੇ, ਐਂ ਘੈਂਟ ਲੱਗਦਾ ਜਮਦੂਦ ਦਾ ਝੋਟਾ ਆ। ਅਤੇ ਬੈਟਰੀ ਪਾਤੀ ਆਪਾਂ ਸਪੀਕਰ ਬੋਕਸ 'ਚ, ਸੋ ਸਾਰਾ ਕੁਝ ਹੁਣੇ ਕਵਰ ਕਰਤਾ, ਸਾਰਾ ਕੁਝ ਲੱਗ ਗਿਆ, ਅਤੇ ਪਰਲਾ ਟਾਇਰ ਤਾਂ ਮੈਂ ਮਾੜੀ ਫਿਵਿਕ ਲਾਤੀ ਸੀ ਕਿ ਨਾ, ਬਾਕੀ ਇਹ ਪੱਕਾ ਜਿਗਾੜ ਕਰਨਾ ਵੇਹਣੇ ਆ ਯਾਰ। ਜੇ ਇਹਦੇ ਨਾਲ ਤਾਂ ਆਪਣੇ ਕਲਰ ਹੋਇਆ ਨਾ, ਮਤਲਬ ਕਿ ਇਹਦੇ ਨਾਲ ਰਲ ਗਿਆ, ਫਿਰ ਆਪਾਂ ਵੇਟ ਵੀ ਲਾ ਦਾਂਗੇ, ਜੇ ਨਾ ਕਲਰ ਮਿਲਿਆ ਫਿਰ ਕੰਮ ਔਖਾ ਹੋਜੂਗਾ। ਬੰਪਰ ਵੀ ਲਾਤਾ ਸੀਗਾ, ਸਟਿੱਕਰ ਸਟੁੱਕਰ ਕੋਈ ਨਹੀਂ ਲਾਉਣਾ ਬਾਈਆਂ ਦਾ, ਤੇਰਾ ਬਾਈ ਦੇ ਆਪੇ ਹਿਸਾਬ 'ਤੇ ਹੋਜੂਗਾ। ਅਤੇ ਆਪਾਂ ਕਿਹੜਾ ਵਾਰ ਰਾੜਾ ਜੀ ਅਤੇ ਕਲਰ ਕਰਨਾ, ਹੋਰ ਕੁਛ ਨਹੀਂ ਕਰਨਾ। ਅਤੇ ਤੁਹਾਨੂੰ ਚਲਾ ਕੇ ਵਿਖਾਉਣੇ ਆ, ਟਾਇਰ ਲਾ ਲਾ ਮੈਂ ਫਿੱਟ ਕਰ ਲਾਂ, ਠੀਕ ਆ। ਅਤੇ ਬਾਹਰ ਜਾ ਕੇ ਤੁਹਾਨੂੰ ਚਲਾ ਕੇ ਵਿਖਾਉਣੇ, ਇੱਕ ਦੀ ਬੈਟਰੀ ਡਾਉਣਾ, ਬੈਟਰੀ ਆਹ ਵੀ ਬਣਾਉਣੀ ਹਜੇ, ਇਹ ਨਵੀਂ ਪਈ ਆ, ਇਹਦੀ ਬਣਾ ਕੇ ਲਾ ਦੇਣੇ ਆਪਾਂ, ਕਿਹੜਾ ਨਾ ਪਾ ਕੇ ਵੇਖ ਲਾਂਗੇ ਜੇ ਚੱਲ ਗਿਆ ਠੀਕ ਆ, ਨਹੀਂ ਚੱਲੇ ਤਾਂ ਵੀ ਠੀਕ ਆ। ਚਲੋ ਕਿਹੜਾ ਆਪਾਂ ਵੇਹਣੇ ਆ, ਹੈ ਨਾ, ਕਿਰਾਹ ਲੱਗ ਗਿਆ ਆਪਾਂ ਕਰ ਗਏ ਸੂਤ ਨੂੰ। ਲਓ ਬਈ ਮੁੰਡਿਓ, ਵੀਡੀਓ ਤਾਂ ਹੈਗੀ ਕਿਸ਼ਤ ਆਏ ਆ ਜੀ, ਬਣੀ ਉਹ ਬਣੀ ਘੈਂਟ ਆ, ਬਸ ਇਹ ਸਮਝ ਲਓ, ਇਹ ਹੋ ਗਿਆ ਆਪਣਾ ਤਿਆਰ। ਹੋਲੈਂਡ ਮਗਰ ਲਾਤੀ ਅਤੇ ਲਿਫਟ ਅਤੇ ਹੋਰ ਕਣਕ ਵਗੈਰਾ ਆਲ ਜਮਾਂ ਓਕੇ ਡਨ ਹੋ ਗਿਆ, ਬਸ ਇਹ ਤੋਂ ਆਪਾਂ ਕੁਛ ਨਹੀਂ ਕਰਨਾ। ਇਹਦੇ ਇਹ ਹੋ ਸਕਿਆ ਕਿ ਇੱਥੇ ਨਾ ਕਨੇਡਾ ਦੇ ਸਟਿੱਕਰ ਲਵਾਉਣੇ ਆ, ਮਰਗਾੜ ਦੇ ਨਹੀਂ ਹੁੰਦੇ, ਘੈਂਟ ਜੇ ਲੱਗਣ। ਅਤੇ ਬੈਟਰੀ ਵੀ ਜੇ ਪਾਤੀ ਆਪਾਂ, ਇੱਕ ਬੈਟਰੀ ਪਾਤੀ ਆ, ਅਤੇ ਦੂਜੀ ਆਪਾਂ ਹਜੇ ਬਣਾਉਣੀ ਆ ਇਹਦੇ। ਓਹੋ ਇਹਨਾਂ ਥੋੜ੍ਹੀ ਸੈਟਿੰਗ ਕਰਨ ਲਈ, ਇੱਕ ਤਾਂ ਲਾਉਣ ਵਾਲਾ ਉਹ ਮੇਲ ਫੀਮੇਲ ਪਲੱਗ, ਮਤਲਬ ਕਨੈਕਟਰ ਲਾਉਣ ਵਾਲਾ। ਫੋਟੋ ਮਗਰ ਕੋਈ ਨਹੀਂ ਲਾਉਂਦੇ ਬਾਈ, ਆਪਦੀ ਪਸੰਦ ਦੀ ਲਵਾ ਲੂਗਾ, ਹੈ ਨਾ, ਆਪਣੇ ਲਾਉਂਦੇ। ਅਤੇ ਆਪਾਂ ਇੱਧਰ ਲਾਤੀ ਸੁੱਚ, ਆ ਸੀਗੀ ਥੱਲੇ ਸੁੱਚ ਲਾਤੀ, ਅਤੇ ਥੱਲੋਂ ਕਵਰ ਕਰਤਾ ਗੇਅਰ ਬੋਕਸ ਆਪਾਂ ਦਾ, ਠੀਕ ਹੈ। ਅਤੇ ਆਹ ਸਰਵੋ ਮੋਟਰ ਸਾਰਾ ਓਕੇ ਕਰਤਾ ਆਪਾਂ ਡਨ, ਅਤੇ ਰਿਸੀਵਰ ਰੱਖਤਾ ਆਪਾਂ ਸ਼ੋ ਥੱਲੇ, ਅਤੇ ਆਹ ਪੈਦਾ ਰਿਮੋਟ, ਅਤੇ ਸ਼ੀਸ਼ਾ ਆਪਾਂ ਲਾਤਾ, ਕਿਉਂਕਿ ਨਾ ਫਿਰ ਸ਼ੀਸ਼ਾ ਵਿੱਚ ਆਉਂਦਾ ਸੀ ਇੱਥੇ, ਇਹ ਤਾਂ ਆਉਂਦਾ ਸੀ ਇੱਥੇ, ਪੈੜਾ ਲਾਤਾ ਸੀ ਤਾਂ ਕਰਕੇ ਲਾਤਾ। ਅਤੇ ਏਅਰ ਕਲੀਨਰ ਇਹਨਾਂ ਦੇ ਹੁੰਦੇ ਨਹੀਂ, ਕਿਉਂਕਿ ਸੀ ਆਰ ਡੀ, ਹੈ ਨਾ, 56-56 ਅਤੇ ਇਹਨਾਂ ਵਿੱਚ ਤਾਂ ਬੰਪਰ ਵੀ ਲਾਤਾ, ਸਟਿੱਕਰ ਸਟੁੱਕਰ ਕੁਛ ਨਹੀਂ ਲਾਇਆ ਆਪਾਂ, ਜੇ ਹੋ ਸਕੇ ਇੱਥੇ ਕਨੇਡਾ ਲਾਵਾਂਗੇ ਜੇ ਹੋ ਸਕਿਆ ਹੋਵੇ। ਅਤੇ ਯੂ ਪਾਈਪ ਵੇਖੋ ਫੁੱਲ ਹੈਵੀ ਲਾਈ ਆਪਾਂ, ਅਤੇ ਇਹ ਆਪਣਾ ਹੋ ਗਿਆ ਮਾਡਲ ਤਿਆਰ, ਅਤੇ ਅੱਜ ਇਹਨੂੰ ਕਰ ਦੇਣਾ ਆਪਾਂ ਬਾਏ ਬਾਏ ਟਾਟਾ। ਇਹ ਤੁਸੀਂ ਲਾ ਲਓ ਸਵੇਰ, ਕਾਰ ਨੂੰ ਮੈਂ ਇੱਕ ਦਿਨ 'ਚ ਤਿਆਰ ਕਰ ਸਕਦਾ ਸੀ ਇੱਕ ਦਿਨ 'ਚ, ਕਿਉਂਕਿ ਨਾ ਹੋਇਆ ਨਹੀਂ, ਦੋ ਦਿਨਾਂ 'ਚ ਹੋਇਆ। ਇੱਕ ਦਿਨ ਤਾਂ ਮੈਂ ਤਾਂ ਗੇਅਰ ਬੋਕਸ ਫਿੱਟ ਕੀਤਾ, ਠੀਕ ਆ, ਫਿਰ ਸੁੱਕ ਦਾ ਸਕਦਾ ਵੀ ਆ, ਕਲਰ ਕੁਲਰ ਵੀ ਹੁੰਦਾ, ਹੈ ਨਾ, MO ਮਸੀਲ ਵੀ ਲਾਈ ਹੁੰਦੀ, ਸਭ ਕੁਛ ਹੁੰਦਾ ਯਾਰ, A to Z। ਫਿਰ ਇੱਕ ਦਿਨ 'ਚ ਸਾਰੀ ਉਤਲੀ ਫਿਟਿੰਗ ਕਰਤੀ, ਠੀਕ ਆ, ਹੋਰ ਤਾਂ ਕੋਈ ਖਾਸ ਹੈ ਨਹੀਂ ਸੀ ਮੇਜਰ, ਅਤੇ ਫਰੰਟ ਐਕਸਲ ਬਣਾਤਾ ਇਹਦੇ 'ਚ, ਹੋਰ ਕੋਈ ਖਾਸ ਨਹੀਂ ਸੀਗਾ। ਆਪਾਂ ਸੈਂਟਰ ਪਿੰਨ ਲਾ ਕੇ ਆਏ ਵੀ ਕਰਤਾ ਇਹਨੂੰ,
ਤੇ ਹੁਣ ਚੱਲਦੇ ਨੂੰ ਆਪਾਂ ਟੈਸਟਿੰਗ ਵਾਸਤੇ ਸੋਰੀ ਟੈਸਟਿੰਗ ਕਰਦੇ ਹਾਂ ਬਾਹਰ ਇਹਨੂੰ ਲਿਜਾ ਕੇ ਇੱਕ ਨਾ ਇੱਥੇ ਛੋ ਤੇ ਪੇਜ ਕੱਸਦੇ ਹਾਂ ਯਾਰ ਇਹਦੇ ਪੇਜ ਹੈ ਨਹੀਂ ਇਹਦਾ ਪੇਜ ਕੱਸ ਕੇ ਨਾ ਫਿਰ ਚੱਲਦੇ ਹਾਂ ਬਾਹਰ ਲੈ ਕੇ ਚੱਲੀ ਗਈ ਬਾਹਰ ਇਹਨੂੰ ਯਾਰ ਫੋਨ ਵੀ ਸਟੇਬਲ ਕਿਉਂਕਿ ਆ ਨਾ ਇੱਕ ਹੈਂਡਲ ਨਹੀਂ ਡਬਲ ਹੈਂਡਲ ਹੀ ਰਿਮੋਟ ਆ ਅਤੇ ਇਹਨੂੰ ਵੀ ਲੈ ਕੇ ਚੱਲੀ ਗਏ ਬਾਹਰ ਫਿਰ ਸਟੇਬਲ ਕਰ ਦਾਂਗੇ ਇੱਕ ਥਾਂ 'ਤੇ ਸਟੈਂਡ ਕੁਆਲਿਟੀ ਫੁੱਲ ਹਾਈ ਬਣਾਈ ਆ ਯਾਰ ਆਪਾਂ ਇਹ ਨਹੀਂ ਬਣਾਈ ਕਿ ਇੱਕ ਥਾਂ 'ਤੇ ਫੜ ਲਓ ਅਤੇ ਬਸ ਇੱਕ ਨਾ ਸਾਰਾ ਵੱਡੀ ਪ੍ਰੋਬਲਮ ਮੇਨ ਇਹਦੀ ਬੈਟਰੀ ਡਾਊਨ ਆ ਬਸ ਜਿੰਨੀ ਵੀਡੀਓ ਸ਼ੂਟ ਹੁੰਦੀ ਠੀਕ ਆ ਘਰ ਜੇ ਮੈਨੂੰ ਫੋਨ ਸਟੇਬਲ ਕਰ ਹੁੰਦਾ ਕੋਈ ਨਾ ਲਓ ਜੀ ਫੋਨ ਤੋਂ ਕਰਤਾ ਆਪਾਂ ਡੱਲੇ ਤੇ ਲਾ ਗਿਆ ਗਰਾਊਂਡ ਕਲੀਅਰੈਂਸ ਥੋੜ੍ਹੀ ਘੱਟ ਹੀ ਹੈ ਜੀ ਆ ਦੇਖੋ ਅਤੇ ਫਾਈਨਲੀ ਉਹ ਤਾਂ ਕਰਤਾ ਆਪਾਂ ਬਾਏ ਬਾਏ ਕੈਨੇਡਾ ਨੂੰ ਨਿਊ ਹੋਲੈਂਡ ਅਤੇ ਉਹਦਾ ਡੱਬਾ ਰਹਿ ਗਿਆ ਆਪਣੇ ਕੋਲ ਬਸ ਇਹ 'ਚ ਹੁਣ ਰੱਖ ਲਿਆ ਆਪਾਂ ਸਮਾਨ ਉਹਦਾ ਵੀ ਅਤੇ ਹੋਰ ਵੀ ਮੇਨ ਆ ਸੈੱਲ ਸੁੱਲ ਵਗੈਰਾ ਟਾਇਰ ਟੂਰ ਪਾ ਤੇ ਅਤੇ ਮੈਂ ਇਹਦੀ ਕਰਦੇ ਸਾਫ਼ ਸਫਾਈ ਯਾਰ ਅਤੇ ਮੁੜ ਕੇ ਕਰਦਾ ਐਕਸਲਰੇਟਰ ਪ੍ਰੀਤ ਅਤੇ ਇਹ ਬਣੂਗਾ ਸਿਰਾ ਪੂਰਾ ਇਹ ਯੂ ਆਰ ਪਾਈਪ ਲਾ ਕੇ ਅਤੇ ਰਿਮੋਟ ਕੰਟਰੋਲ ਬਣਾਉਣਾ ਵੀ ਅਜਿਹਾ ਸਮਾਨ ਪਿਆ ਇਹ ਸੈਂਟਰ ਪਿੰਨ ਹਜੇ ਕਰਨੀ ਆਪਾਂ ਡਿਜ਼ਾਇਨ ਅਤੇ ਕਿਹੜਾ ਸਮਾਨ ਸਮੂਹ ਚੱਕ ਗਿਆ ਯਾਰ ਹੈ ਨਾ ਪਹਿਲਾਂ ਖਲਾਰਾ ਪਿਆ ਖੜਾ ਸੀਗਾ ਕਿਉਂਕਿ ਉਹ ਕੰਮ ਚੱਲੀ ਜਾਂਦਾ ਸੀ ਫਿਰ ਅੱਛਾ ਉਤਾਰੀ ਆ ਅਤੇ ਬੜਾ ਸਮਾਨ ਜਿਹਾ ਖਿਲਰਿਆ ਪਿਆ ਸੀ ਨਾ ਉਹਦੇ ਕਰਕੇ ਖਿਲਰ ਹੀ ਜਾਂਦਾ ਫਿਰ ਹੈ ਨਾ ਕਿਉਂਕਿ ਸਫਾਈ ਤਾਂ ਕੀਤੀ ਨਹੀਂ ਸੀ ਹੁਣ ਅੱਜ ਕਰਦੇ ਹਾਂ ਸਕਰਿਊ ਦੇਖੋ ਕਿੰਨੇ ਪਏ ਸਕਰਿਊ ਵੀ ਬਾਹਲੇ ਪਏ ਆ ਅਤੇ ਸਾਰਿਆਂ ਨੂੰ ਕਰਦੇ ਹਾਂ ਇੱਕ ਥਾਂ 'ਤੇ ਸਾਈਡ 'ਤੇ ਅਤੇ ਪਹਿਲਾਂ ਮੇਨ ਸਮਾਨ ਆਪਾਂ ਡੱਬੇ 'ਚ ਪਾ ਲਈਏ ਜਿਹੜਾ ਆਪਾਂ ਨੂੰ ਨਹੀਂ ਚਾਹੀਦਾ ਇੱਕ ਵਾਰੀ ਆਪਾਂ ਤਾਂ ਹੀ ਰੱਖਣਾ ਚਾਹੀਦੀ ਆ ਮੈਂ ਸਫਾਈ ਉਹ ਸੱਚ ਸ਼ੀਸ਼ਾ ਰਹਿ ਗਿਆ ਨਿਊ ਹੋਲੈਂਡ ਦਾ ਆਹ ਕੀ ਰਹਿ ਗਿਆ ਯਾਰ ਇਹ ਮੈਂ ਲਾ ਕੇ ਨਾ ਦਿੱਤਾ ਚਲੋ ਕੋਈ ਨਾ ਇਹ ਵੈਸੇ ਲੱਗਦਾ ਵੀ ਨਹੀਂ ਸੀਗਾ ਕਿਉਂਕਿ ਉਹਦੇ ਵੈਸੇ ਮੋਟਰ ਆ ਗਈ ਸੀ ਇਸ ਕਰਕੇ ਡੱਬਾ ਰੱਖ ਕੇ ਤਾਂ ਜਾ ਵੜੂਗਾ ਮੈਨੂੰ ਤੇਰੇ ਨੇ ਚੱਕ ਕੇ ਕਰ ਗਿਆ ਇੱਧਰ ਇੱਧਰ ਠੀਕ ਆ ਅਤੇ ਹੁਣ ਕਰਦੇ ਆਪਾਂ ਅਗਲੇ ਪ੍ਰੋਜੈਕਟ 'ਤੇ ਕੰਮ ਸਟਾਰਟ ਅਤੇ ਵਿਹਣੇ ਕੀ ਬੰਦਾ ਗਾ ਹੈ ਨਾ ਅਤੇ ਇਹਦੇ ਯੂ ਪਾਈਪ ਵੀ ਪ੍ਰਿੰਟ ਕਰਨੀ ਆ ਸਾਰਾ ਕੁਝ ਡਿਜ਼ਾਇਨ ਕਰਨਾ ਕਵਰ ਵੀ ਕਰਾਂਗੇ ਏਅਰ ਬੋਕਸ ਸਭ ਕੁਝ ਕਰਾਂਗੇ ਪਹਿਲਾਂ ਆਪਾਂ ਲੱਗੇ ਸਰਵੋ ਮੋਟਰ ਠੀਕ ਹੈ ਨਾ ਰਿਮੋਟ ਕੰਟਰੋਲ ਕਰੀਏ ਗਾਹਮ ਛਾਂ ਕਰਨ ਵਾਲਾ ਫਿਰ ਆਪਾਂ ਕਰਦੇ ਹਾਂ ਗੱਲਬਾਤ ਅੱਗੇ ਇਹਦੇ 'ਤੇ ਮੁੰਡਿਓ ਹਿੱਸਾ ਦੇਖੋ ਫਿਰ ਤੁਸੀਂ ਸੈਂਟਰ ਪਿੰਨ ਪ੍ਰਿੰਟ ਕਰ ਲਈ ਸੀ ਆਪਾਂ ਹਿੱਸਾ ਲਾ ਦਿੱਤਾ ਅਤੇ ਹੁਣ ਕਰਕੇ ਆਪਾਂ ਅਨਬੋਕਸਿੰਗ ਕੀਤੀ ਆ ਇੱਕ ਵਾਰੀ ਹੋਰ ਕਰ ਲਈਏ ਇੱਕ ਯਾਰ ਉਹ ਇੱਕ ਵਿੱਚ ਆ ਸਰਵੋ ਮੋਟਰ ਨੂੰ ਇੱਕ ਐਂ ਰੱਖ ਲਈਏ ਇੱਕ ਵਾਰੀ ਧੂੜ ਮਿੱਟੀ ਪਈ ਆਊਗੀ ਹੈ ਨਾ ਮੁੰਡਿਓ ਇਹ ਰੱਖ ਲਿਆ ਇੱਥੇ ਅਤੇ ਆਹ ਕੱਢੀ ਗਣ ਆਪਾਂ ਬਾਹਰ ਕਿਉਂਕਿ ਇਹਦਾ ਹੈਗਾ ਆਪਾਂ ਨੂੰ ਕੰਮ ਸਰਵੋ ਚੱਕਰ ਇਹ ਦੇਣੇ ਆ ਜੇ ਲੱਗ ਗਈ ਤਾਂ ਚੰਗੀ ਹੈ ਜੇ ਨਾ ਲੱਗੀ ਤਾਂ ਵੀ ਚੰਗੀ ਆ
ਇਹ ਆਪਾਂ ਲਾਉਣੀ ਹੁਣ ਇਹ ਇੱਥੇ ਕਰਕੇ ਅੰਦਰ ਐਤਕੀ ਇਹ ਪੁੱਠੀ ਲੱਗੂਗੀ ਹੈ ਨਾ। ਚਲੋ ਮੈਂ ਕਰਦਾ ਅਟੈਚ ਵਿੱਚ ਲਾਉਣਾ ਫਿਰ ਤੁਹਾਨੂੰ ਦਿਖਾਉਣਾ ਕਿਵੇਂ ਅਤੇ ਕੀ ਹੈਗਾ ਇਹ ਜੀ। ਆਹ ਕਰਤੀ ਆਪਾਂ ਸਰਵੋ ਫਿੱਟ ਇਹਦੇ 'ਚ ਅਤੇ ਟਾਈਟ ਹੋਈਆਂ ਰਾੜਾਂ ਸਾਰੀਆਂ ਪਾਤੀਆਂ ਅਤੇ ਆਹ ਆਪਣੀਆਂ ਦੋ ਮੋਟਰਾਂ ਇਹ ਆਪਾਂ ਇੱਥੋਂ ਲਈਆਂ ਆਪਣੇ ਬੰਦੇ 'ਤੇ ਅਤੇ ਇਹ ਆਪਾਂ ਨੈਕਸਟ ਦੋ ਪ੍ਰੋਜੈਕਟ ਹੋਰ ਆ ਉਹ ਤੁਹਾਨੂੰ ਦੱਸਦੇ ਹਾਂ ਕੀ ਆ ਕੀ ਹਿਸਾਬ ਕਿਤਾਬ ਨਾਲ ਹੈ ਨਾ ਅਤੇ ਉਹਨਾਂ ਦੇ ਕਰਨਾ ਆਪਾਂ ਕੰਮ ਸ਼ੁਰੂ। ਇਹਨੂੰ ਇੱਥੇ ਇੱਕ ਸਾਈਡ 'ਤੇ ਅਤੇ ਪ੍ਰੀਤ ਹੈਗਾ ਆਹ ਯੂ ਪਾਈਵੇ ਦੀ ਪ੍ਰਿੰਟ ਕੀਤੀ ਆ ਮੈਂ ਅਤੇ ਚੱਕੋ ਜੀ ਇਹ ਆਪਾਂ ਦੇਣੇ ਕਿੰਨੀ ਕੁੱਚੀ ਕੀ ਹਿਸਾਬ ਨਾਲ ਲਾਉਣੀ ਆ ਕਿ ਮੇਰੇ ਕੋਲ ਜੀ ਕੋਡ ਫਾਈਲ ਹੀ ਪਈ ਸੀ ਯਾਰ ਮੈਂ ਕਿਹਾ ਇੱਕ ਵਾਰੀ ਕਰ ਲਈਏ ਹੈ ਨਾ ਅਤੇ ਜੇ ਕੋਈ ਕਰਨਾ ਹੋਇਆ ਤਾਂ ਇਹਨੂੰ ਫੇਰ ਕਰ ਲਾਂਗੇ ਉੱਚਾ ਨੀਵਾਂ ਥੱਲੇ ਕਰਕੇ ਲੱਗ ਜੂਗੀ ਇੱਥੇ ਮੇਰੇ ਸਾਨੂੰ ਸਹੀ ਰਹੂਗੀ ਜੀ ਠੀਕ ਹੈ ਉੱਤੇ ਸ਼ੋਅ ਲੱਗ ਕੇ ਉਹ ਚੱਲ ਕੋਈ ਨਾ ਕਰ ਲਈ ਅਤੇ ਆਹ ਕਰ ਲਈ ਇੱਕ ਸੈਂਟਰ ਪਿੰਨ ਅਤੇ ਆਹ ਡਿਜ਼ਾਇਨ ਇੱਕ ਹੋਰ ਅਤੇ ਇਹਨੂੰ ਵੀ ਰੱਖੇ ਆਹ ਇੱਕ ਪਹਿਲਾਂ ਪਿਆ ਹਾਂ ਇਹ ਹਜੇ ਹਜੇ ਪੂਰਾ ਕੰਪਲੀਟ ਨਾ ਵੇਖੋ ਤੁਸੀਂ ਜਾ ਰਹੀ ਹੈ ਇਹਦੇ 'ਚ ਅਤੇ ਆਹ ਵੀ ਪਿਆ ਇਹ ਵੈਸੇ ਡਿਸਪੋਜ਼ਲ ਹੀ ਹੈ ਅਤੇ ਆਹ ਇੱਕ ਆਪਾਂ ਪ੍ਰਿੰਟ ਕਰ ਲਿਆ ਹੋਰ ਅਤੇ ਇਹ ਤੂੰ ਕਿੱਧਰ ਆਇਆ ਬੈਠਾ ਹੁਣ ਆਹਲਾ ਟਰੈਕਟਰ ਚੱਲਦਾ ਅਤੇ ਨਵਾਂ ਪ੍ਰੋਜੈਕਟ ਜਿਹੜਾ ਆਪਾਂ ਕਰਨਾ ਸਟਾਰਟ ਉਹਦਾ ਹੁਣ ਕਰਾਂਗੇ ਆਪਾਂ ਅਗਲੇ ਵਲੋਗ 'ਚ ਮਤਲਬ ਵੀਡੀਓ 'ਚ ਵਲੋਗ ਇੱਕੋ ਹੀ ਲਾ ਲਓ ਵੀਡੀਓ ਹੁੰਦੀ ਜ਼ਿਆਦਾਤਰ ਆਪਾਂ ਵਲੋਗ ਘੱਟ ਹੀ ਕਹਿੰਦੇ ਹੁਣ ਹੈ ਨਾ ਵਲੋਗ ਹੁੰਦਾ ਜਿਹੜਾ ਡੇਲੀ ਰੂਟੀਨ 'ਚ ਆ ਆਪਾਂ ਵੀਡੀਓ ਆਪਾਂ ਦੇਖਦੇ ਹਾਂ ਕਰਨੀ ਹੁੰਦੀ ਆ ਕਰ ਲਈ ਦੇ ਚੱਲ ਚਿੱਤ ਪਰ ਚਾਲੀ ਦੇਖਣੀ ਅਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਇੰਸਟਾਗ੍ਰਾਮ 'ਤੇ ਵੀ ਮਾੜਾ ਜਿਹਾ ਨਿਗਾਹ ਮਾਰਿਆ ਉਹ ਲਿੰਕ ਡਿਸਕ੍ਰਿਪਸ਼ਨ 'ਚ ਉਹਦਾ ਇੰਸਟਾਗ੍ਰਾਮ ਆਈ ਡੀ ਦਾ ਜਿੰਮੀ ਮਾਡਲ ਮੇਕਰ ਅਤੇ ਇਹਦੇ ਵੀ ਕਰੋ ਯਾਰ ਮਾੜੀ ਸਪੋਰਟ ਹੋਰ ਕੰਮ ਵਧਾ ਕੇ ਆਪਾਂ ਠੀਕ ਹੈ ਨਾ ਅਤੇ ਫਿਰ ਆਪਾਂ ਹੋਰ ਬਣਾਉਣੇ ਰਿਮੋਟ ਕੰਟਰੋਲ ਟਰੈਕਟਰ ਅਤੇ ਚਲੋ ਕਰਦੇ ਹਾਂ ਇਸ ਵੀਡੀਓ ਨੂੰ ਐਂਡ ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਬਾਏ।